देखो जी, जिस तरह साढ़े जिला प्रधान सरदार बलविंदर सिंह जी मठौला साहब ने दसिया है कि जो भी साढ़े सूबा प्रधान बलबीर सिंह राजेवाल जी के दिशा निर्देशों तो बिना जां साढ़े जिला प्रधान बलविंदर सिंह जी मठौला दे जिन्ना चिर इन्हां दे ध्यान दे विच गल ना आवे, जिहड़ा भी कोई साढ़े बैज झंडे लै के जां किसी दे कोई नजायज़ कब्जे विच हिस्सा लैंदा वह जिहड़ा वा साढ़ी यूनियन का जिहड़ा वा वह मैंबर नहीं होवेगा। जिन्ना चिर तक वो साढ़े जिला प्रधान के नाल संपर्क नहीं करता, कल नूं उत्थे कोई गलबात हो जाती है खुद आप जिम्मेवार होगा, वो जथेबंदी जी जिम्मेवार नहीं वो होगी। पिछले हफ्ते कोई इतने एफ आई आर दर्ज हुई थी जिदे भारतीय किसान यूनियन के झंडे बैज के होर समगरी लैके इतने पुलिस प्रशासन को पहुंचे सी कोई शरारती अंसर या कोई भी कह लो, वो ना तो सानू जिले वाले कोई जानकारी सी ना ही पंजाब की टीम ने कोई जानकारी सी। और जदों राजेवाल साहब नूं फोन गया तो उन्होंने मेरी ड्यूटी लगाई कि तुसीं प्रधान जी अपनी टीम लैके खुद पुलिस डिपार्टमेंट नूं मिल के आओ, तो टाइम तो अज मैडम ने सानू दिता होया सी एसएफसी साहब ने, पर उन्हां दा कोई रुझेवा सी इत्थे शहर में जिहड़ा वाकया वरत्या उहदा करके वो बिजी सी। उन्होंने सरदार गुरप्रीत सिंह गिल की ड्यूटी लाई तो उन्हां दे नाल साडे डूंघे विचार होए ने कि तुसीं जिहड़ा भी उम्मीद कोई भी शख्स इत्थे आउंदा किसी उपर कोई दबाव पड़ाउंदा खास करके राज्यवाल यूनियन दा, वो आके कहिंदा मैं यूनियन दा वर्कर आ जां कोई भी आ, तां उहनां नूं ਇਹ ਸਖ਼ਤ ਅਸੀਂ ਰਾਜੇਵਾਲ ਸਾਹਿਬ ਵੱਲੋਂ ਇਹ ਹਦਾਇਤ ਕੀਤੀ ਆ ਕਿ ਰਾਜੇਵਾਲ ਸਾਹਿਬ ਜੀ ਦਾ ਇਹ ਹੁਕਮ ਆ ਕਿ ਜਿਹੜਾ ਵੀ ਆਉਂਦਾ ਉਹਦਾ ਪਹਿਲਾਂ ਤਾਂ ਜੇ ਬਲਾਕ 'ਚੋਂ ਆਉਂਦਾ ਤਾਂ ਬਲਾਕ ਪ੍ਰਧਾਨ ਦੇ ਕੋਲ ਜਾਣਕਾਰੀ ਹੋਣੀ ਜ਼ਰੂਰੀ ਆ, ਤਾਂ ਜੇ ਬਲਾਕ ਪ੍ਰਧਾਨ ਦੇ ਕੋਲ ਨਹੀਂ ਜਾਣਕਾਰੀ ਫਿਰ ਉਹ ਜ਼ਿਲ੍ਹੇ ਦੇ ਨਾਲ ਜਾਂ ਉਹ ਪੰਜਾਬ ਦੀ ਟੀਮ ਨਾਲ ਗੱਲ ਕਰੇ ਕਿ ਮੇਰਾ ਇਹ ਮਸਲਾ ਗੱਲ ਕਰੋ, ਕਿਉਂਕਿ ਸਾਡਾ ਕਿਸੇ ਦੀ ਜ਼ਮੀਨ ਨਾ ਕਿਸੇ ਦੇ ਮਕਾਨ 'ਤੇ ਕਿਸੇ ਦੇ ਨਾਲ ਕਬਜ਼ੇ ਕਰਾਉਣਾ ਕੋਈ ਸਾਡਾ ਇਹ ਯੂਨੀਅਨ ਦਾ ਕਾਨੂੰਨ ਨਹੀਂ ਹੈਗਾ। ਜੋ ਸਾਡੇ ਯੂਨੀਅਨ ਦੇਖਦਾ ਰਿਹਾ ਸਾਡੀਆਂ ਲੜਾਈਆਂ ਵਾ ਪਾਣੀਆਂ ਦੀਆਂ, ਅਸੀਂ ਪਾਣੀਆਂ ਦੇ ਮੁੱਦੇ 'ਤੇ ਲੜਾਈ ਲੜਾਂਗੇ, ਹੋਰ ਅਨੇਕਾਂ ਹੀ ਇਹੋ ਜਿਹੀਆਂ ਲੜਾਈਆਂ ਵਾ, MSP 'ਤੇ ਲੜਾਈ ਲੜਾਂਗੇ, ਕਰਜ਼ੇ ਮਾਫ਼ੀ 'ਤੇ ਲੜਾਈ ਲੜਾਂਗੇ, ਬਲਕਿ ਅਸੀਂ ਝੰਡੇ ਚੁੱਕ ਕੇ ਤਾਂ ਬਿਨਾਂ ਸਾਡੇ ਕਿ ਜਿਹੜੀ ਵੀ ਆ ਜ਼ਿਲ੍ਹੇ ਦੀ ਟੀਮ ਜਾਂ ਪੰਜਾਬ ਦੀ ਸਾਡੀ ਕਰੀਮ ਆ ਉਹਦੀ ਬਿਨਾਂ ਜਾਣਕਾਰੀ ਤੋਂ ਜਿਹੜਾ ਵੀ ਉਮੀਦਵਾਰ ਝੰਡੇ ਬੈਜ ਲਾ ਕੇ ਕਿਸੇ ਦਫ਼ਤਰ ਵਿੱਚ ਜਾਊਗਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹਦੇ ਵਿਰੁੱਧ ਉਸੇ ਵੇਲੇ ਹੀ ਕਾਰਵਾਈ ਕੀਤੀ ਜਾਵੇ। ਜੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਗਰੁੱਪ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪਲਵਿੰਦਰ ਸਿੰਘ ਮਠੌਲਾ, ਉਹ ਅਤੇ ਉਹਨਾਂ ਦੇ ਨਾਲ ਮੈਂਬਰ ਜਿਹੜੇ ਅੱਜ ਇੱਥੇ ਦਫ਼ਤਰ ਦੇ ਵਿੱਚ ਮਿਲਣ ਆਏ ਸੀ, ਉਹਨਾਂ ਵੱਲੋਂ ਇੱਕ ਕੁਝ ਇੱਕ ਉਹਨਾਂ ਦੇ ਪੁਆਇੰਟ ਸੀ ਕਿ ਉਹ ਕਿ ਜਦੋਂ ਵੀ ਕਿਤੇ ਉਹਨਾਂ ਦੀ ਔਰਗਨਾਈਜੇਸ਼ਨ ਦੇ ਵੱਲੋਂ ਉਹਨਾਂ ਦੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਝੰਡੇ ਹੇਠ ਕੁਝ ਜੇਕਰ ਕੋਈ ਵੀ ਉਹਨਾਂ ਵੱਲੋਂ ਕੋਈ ਮੁਜ਼ਾਹਰਾ ਧਰਨਾ ਜਾਂ ਕੋਈ ਕਿਸੇ ਕਿਸਮ ਦਾ ਇਕੱਠ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਇਹ ਕਿ ਉਹਦੀ ਪੁਸ਼ਟੀ ਜਿਹੜੀ ਹੈ ਉਹ ਇਹਨਾਂ ਦੇ ਪ੍ਰਧਾਨ ਸਾਹਿਬ ਜਾਂ ਇਹਨਾਂ ਦੇ ਅਹੁਦੇਦਾਰਾਂ ਤੋਂ ਜਿਹੜੀ ਆ ਉਹ ਕਰ ਲਈ ਜਾਵੇ, ਕਿਉਂਕਿ ਉਹਨਾਂ ਵੱਲੋਂ ਹੀ ਇਹ ਗੱਲ ਆਈ ਹੈ ਕਿ ਉਹ ਕੁਝ ਇੱਕ ਮੈਂਬਰਸ ਜਿਹੜੇ ਨੇ ਉਹ ਜਿਹੜੇ ਉਹਨਾਂ ਦੀ ਯੂਨੀਅਨ ਤੋਂ ਹਟ ਕੇ ਆਪਣੇ ਤੌਰ 'ਤੇ ਜਿਹੜਾ ਉਹਨਾਂ ਦਾ ਸੰਵਿਧਾਨ ਹੈ ਆਪਣਾ ਉਹ ਤੋਂ ਹਟ ਕੇ ਵੱਖਰੇ ਤੌਰ 'ਤੇ ਜਿਹੜਾ ਉਹਨਾਂ ਦੇ ਝੰਡੇ ਹੇਠ ਕੁਝ ਮੰਗਾਂ ਨੂੰ ਲੈ ਕੇ ਵੱਖ ਵੱਖ ਸੰਸਥਾਵਾਂ ਦੇ ਪਾਸ ਜਾ ਰਹੇ ਨੇ। ਸੋ ਇਹ ਉਹਨਾਂ ਦੀ ਮੰਗ ਸੀ ਕਿ ਇਹ ਉਹਨਾਂ ਦੀ ਪੁਸ਼ਟੀ ਕਰ ਲਈ ਜਾਵੇ ਕਿ ਇਹ ਇਹਨਾਂ ਦੀ ਯੂਨੀਅਨ ਵੱਲੋਂ ਹੀ ਆਏ ਹਨ ਜਾਂ ਆਪਣੇ ਤੌਰ 'ਤੇ ਆਏ ਹਨ।